ਸਟਾਫ ਅਫੀਸਰ ਨੇ ਸਵਾਲ ਕੀਤਾ ਕਿ ਤੁਸੀਂ ਆਪਣੀ ਵਿਜ਼ਿਟ ਦਾ ਯਾਤਰਾ ਦਾ ਪਰਪਸ ਦੱਸੋ। ਮੈਂ ਸੌਰੀ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ, ਮੈਨੂੰ ਮੇਰੇ ਸਵਾਲ ਦਾ ਜਵਾਬ ਚਾਹੀਦਾ ਵੀ ਅਮਰੀਕਨ ਅੰਬੈਸੀ ਦੇ ਵਿੱਚ ਨਸਲੀ ਭੇਦਭਾਵ ਤੇ ਵਿਤਕਰਾ ਕਿਉਂ? ਤੁਸੀਂ ਜਿਹੜੀ ਕਿਰਪਾਨ ਧਾਰਨ ਕੀਤੀ ਆ, ਪੰਜ ਕਕਾਰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਬਖਸ਼ਿਸ਼ ਕਰਕੇ ਗਏ ਆ, ਉਹ ਕਹਿੰਦੇ ਬਾਹਰ ਉਤਾਰ ਕੇ ਆ, ਸਾਡੇ ਦੇਸ਼ ਦੀ ਰਾਜਧਾਨੀ ਦੇ ਵਿੱਚ ਇੱਕ ਅੰਮ੍ਰਿਤਧਾਰੀ ਸਿੰਘ ਦੀ ਕਿਰਪਾਨ ਤੁਸੀਂ ਕਹੋ ਬਾਹਰ ਟੋਕਰੀ 'ਚ ਰੱਖ ਕੇ ਆ, ਅਸੀਂ ਇੱਕ ਨਹੀਂ ਲੱਖਾਂ ਅਮਰੀਕਾ ਦੇ ਵਿਜੇ ਛੱਡ ਸਕਦੇ ਹਾਂ। ਅਫਸੋਸ ਮੈਨੂੰ ਇਸ ਗੱਲ ਕਿ ਇਸ 30 ਤਰੀਕ ਦੇ ਵਾਕੇ ਤੋਂ ਪਹਿਲਾਂ ਕਿੰਨੇ ਬੁੱਧੀਜੀਵੀ, ਕਿੰਨੇ ਪ੍ਰਚਾਰਕ, ਕਿੰਨੇ ਅੰਮ੍ਰਿਤਧਾਰੀ ਸਿੰਘ ਅਮਰੀਕਾ ਦਾ ਵੀਜ਼ਾ ਲੈਣ ਦੀ ਲੱਤ ਦੇ ਵਿੱਚ ਆਪਣੀ ਸ੍ਰੀ ਸਾਹਿਬ ਉਤਾਰ ਕੇ ਬਾਹਰ ਟੋਕਰੀ 'ਚ ਰੱਖ ਕੇ ਗਏ।